वीर मनमोहन सिंह जी ने अपना उत्तर जिहड़ा है वो रिकॉर्ड करके भेजे है, तो मैं वॉइस ऑन कर लगा उन्हां दी। ये सवाल सीगा वी गुरु गोबिंद सिंह दे ज्योति जोत समाउण बारे, जो वख-वख गल्लां प्रचलित ने उहदे सही की है, मैं ऑन करदा। उम्मीद है भी ये आप जी वाहिगुरु नूं जी का खालसा, वाहिगुरु जी की फतेह। वाहिगुरु जी की फतेह। जिवें कि जो सवाल पूछा गया है, गुरु गोबिंद सिंह पातशाह कलगीधर पातशाह दे नाल संबंधित है कि गुरु पातशाह ज्योति जोत किवें समाए। सो आम इतिहासक जिन्ने भी हवाले ने ਉਹਨਾਂ ਦੇ ਵਿੱਚ ਜੋ ਪੁਰਾਤਨ ਸਾਡੇ ਕੋਲ ਹਵਾਲੇ ਹਨ ਉਹਨਾਂ ਮੁਤਾਬਕ 5 ਅਕਤੂਬਰ 1708 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੰਦੇੜ ਤੋਂ ਜੋ ਸਨ ਉਹ ਪੰਜਾਬ ਵਾਲੇ ਪਾਸੇ ਗੁਰੂ ਕਲਗੀਧਰ ਪਾਤਸ਼ਾਹ ਦੀ ਆਗਿਆ ਨਾਲ ਚਲੇ ਹਨ। ਇਸੇ ਸ਼ਾਮ ਜਮਸ਼ੇਦ ਖਾਨ ਪਠਾਨ ਨੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਜਦੋਂ ਗੁਰੂ ਪਾਤਸ਼ਾਹ ਰਹਿਰਾ ਸਾਹਿਬ ਦਾ ਪਾਠ ਕਰ ਰਹੇ ਸਨ। ਸੋਧਰ ਦੀ ਚੌਕੀ ਤੋਂ ਬਾਅਦ ਉਹਨਾਂ ਦੇ ਉੱਤੇ ਜੋ ਸੀ ਕਟਾਰ ਦੇ ਨਾਲ ਹਮਲਾ ਕੀਤਾ ਗਿਆ ਹੈ, ਜਿਹਦੇ ਵਿੱਚ ਇੱਕ ਪਠਾਨ ਜੋ ਦੱਸਿਆ ਜਾਂਦਾ ਬਾਹਰ ਖੜਾ ਸੀ, ਦੂਸਰੇ ਨੇ ਹਮਲਾ ਕੀਤਾ। ਸਤਿਗੁਰੂ ਪਾਤਸ਼ਾਹ ਨੇ ਉਸਨੂੰ ਉੱਥੇ ਹੀ ਜੋ ਸੀ ਆਪਣੀ ਤੇਗ ਦੇ ਨਾਲ ਸੋਧ ਦਿੱਤਾ। ਸਤਿਗੁਰੂ ਜੀ ਬਹੁਤ ਜੋ ਹੈ ਗਹਿਰਾ ਜ਼ਖਮ ਉਹਨਾਂ ਨੂੰ ਹੋ ਗਿਆ ਤੇ ਜਮਸ਼ੇਦ ਖਾਨ ਉੱਥੇ ਮੌਕੇ ਤੇ ਮਾਰਿਆ ਗਿਆ। ਗੁਰੂ ਜੀ 7 ਅਕਤੂਬਰ ਨੂੰ ਤੜਕੇ ਮਤਲਬ 6 ਅਤੇ 7 ਦੀ ਰਾਤ ਨੂੰ ਸਤਿਗੁਰੂ ਪਾਤਸ਼ਾਹ ਜੋ ਸਨ ਉਹ ਜੋਤੀ ਜੋਤ ਸਮਾ ਗਏ ਹਨ, ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਸੰਸਕਾਰ ਇਸੇ ਸ਼ਾਮ ਗੋਦਾਵਰੀ ਦੇ ਕੰਢੇ ਉੱਤੇ ਕਰ ਦਿੱਤਾ ਗਿਆ। ਮਗਰੋਂ ਕਿਸੇ ਨੇ ਜੋ ਕਹਾਣੀ ਕਰੀ ਹੈ, ਪਹਿਲਾਂ ਮੈਂ ਉਹ ਇਤਿਹਾਸਕ ਹਵਾਲੇ ਗੱਲ ਕਰ ਲਵਾਂ ਜਿਨ੍ਹਾਂ ਰਾਹੀਂ ਇਹ ਸਾਨੂੰ ਜੋ ਹੈ ਮਿਲਦਾ ਹੈ ਇਤਿਹਾਸਕ ਹਵਾਲਾ ਕਿ ਗੁਰੂ ਪਾਤਸ਼ਾਹ 5 ਤਰੀਕ ਨੂੰ ਸ਼ਾਮ ਨੂੰ ਜ਼ਖਮੀ ਹੁੰਦੇ ਹਨ ਅਤੇ 7 ਤਰੀਕ ਨੂੰ ਅੰਮ੍ਰਿਤ ਵੇਲੇ ਉਹ ਜੋਤੀ ਜੋਤ ਸਮਾਉਂਦੇ ਹਨ। ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਉਹਨਾਂ ਦੇ ਨਾਲ ਚੱਲਣ ਦਾ ਜੋ ਬਿਰਤਾਂਤ ਲੱਭਦਾ ਉਹਦੇ ਵਿੱਚ ਦੋ ਰਾਏ ਸਾਹਮਣੇ ਆਉਂਦੀਆਂ ਨੇ। ਇੱਕ ਹੈ ਕਿ ਗੁਰੂ ਪਾਤਸ਼ਾਹ ਜੀ ਦੇ ਜ਼ਖਮੀ ਹੋਣ ਵੇਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਉੱਥੇ ਸਨ, ਸਤਿਗੁਰਾਂ ਨੇ ਉਹਨਾਂ ਨੂੰ ਉੱਥੋਂ ਫਿਰ ਜੋ ਹੈ ਪੰਜਾਬ ਵੱਲ ਭੇਜ ਦਿੱਤਾ ਤੇ ਕੁੱਝ ਜੋ ਹਵਾਲੇ ਨੇ ਉਹਨਾਂ ਮੁਤਾਬਕ ਬਾਬਾ ਬੰਦਾ ਸਿੰਘ ਜੀ ਬਹਾਦਰ ਪਹਿਲਾਂ ਉੱਥੋਂ ਨਿਕਲੇ ਨੇ, ਉਸ ਤੋਂ ਬਾਅਦ ਜੋ ਹੈ ਗੁਰੂ ਪਾਤਸ਼ਾਹ ਦੇ ਉੱਤੇ ਹਮਲਾ ਹੋਇਆ ਹੈ। ਸੋ ਜੋ ਸਮੇਂ ਦਾ ਉੱਥੇ ਦੀ ਜੋ ਥੋੜਾ ਬਹੁਤਾ ਜ਼ਖਮ ਨੂੰ ਜੋ ਸੀਨ ਦਾ ਜਾਂ ਜੋ ਪ੍ਰਬੰਧ ਸੀ ਉਹ ਕੀਤਾ ਗਿਆ, ਲੇਕਿਨ ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ 7 ਅਕਤੂਬਰ ਸਵੇਰੇ ਜੋ ਹੈ ਚੜਾਈ ਕਰ ਗਏ ਹਨ, ਅਕਾਲ ਚਲਾਣਾ ਕਰ ਗਏ ਹਨ, ਜੋਤੀ ਜੋਤ ਸਮਾ ਗਏ ਹਨ। ਇਹਦੇ ਜੋ ਹਵਾਲੇ ਨੇ ਇਹ ਸਾਨੂੰ ਜੋਤੀ ਜੋਤ ਸਮਾਉਣ ਦੇ ਅਖਬਾਰਾਂ ਤੇ ਦਰਬਾਰੇ ਮੋਲਾ ਵਿੱਚ ਇਹ ਹਵਾਲਾ ਮੌਜੂਦ ਹੈ। ਉਸ ਤੋਂ ਬਾਅਦ ਇਹ ਜ਼ਿਕਰ ਜਿਹੜਾ ਲੇਖਕ ਸੈਨਾਪਤੀ ਦੀ ਗੁਰੂ ਸ਼ੋਭਾ ਜੋ 1709 ਵਿੱਚ ਲਿਖਿਆ ਗਿਆ ਉਹਦੇ ਵਿੱਚ ਵੀ ਮੌਜੂਦ ਹੈ। ਬਹਾਦਰ ਸ਼ਾਹ ਦੇ 3 ਸਮਕਾਲੀ ਲੇਖਕ ਜਿਹੜੇ ਹਨ ਉਹਨਾਂ ਦੀਆਂ ਕਿਤਾਬਾਂ ਮਿਰਜ਼ਾ ਮੁਹੰਮਦ ਦਾ ਇਬਰਤਨਾਮਾ ਜੋ 1716 ਵਿੱਚ ਲਿਖਿਆ ਗਿਆ, ਮੁਹੰਮਦ ਕਾਸਿਮ ਦਾ ਇਬਰਤਨਾਮਾ ਜੋ 1723 ਵਿੱਚ ਲਿਖਿਆ ਗਿਆ ਅਤੇ ਉਸ ਤੋਂ ਬਾਅਦ ਮੁਹੰਮਦ ਸ਼ਫੀ ਦੀ ਮਿਰਾਤੇ ਵਾਰਦਾ ਵਾਰਤਾ ਜੋ 1734 ਵਿੱਚ ਲਿਖੀ ਗਈ। ਇਹਨਾਂ ਵਿੱਚ ਇਹ ਬਿਲਕੁਲ ਹੂਬਹੂ ਹਵਾਲਾ ਹੈ ਕਿ 7 ਤਰੀਕ ਨੂੰ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੋਤੀ ਜੋਤ ਸਮਾ ਗਏ। ਅਤੇ ਇੱਕ ਹਿੰਦੂ ਲੇਖਕ ਚਿਤਰਮਾਲ ਸਕਸੈਨਾ ਉਸਦੀ ਚਹਾਰ ਗੁਲਸ਼ਨ ਕਿਤਾਬ ਦੇ ਵਿੱਚ ਵੀ ਇਹੋ ਹਵਾਲਾ ਹੈ ਅਤੇ ਉਹਦੇ ਨਾਲ ਸਤਿਗੁਰੂ ਪਾਤਸ਼ਾਹ ਦਾ ਗੋਦਾਵਰੀ ਦੇ ਕੰਢੇ ਦੇ ਉੱਤੇ ਸਿੰਘਾਂ ਨੇ ਜੋ ਹੈ ਉਹ ਸੰਸਕਾਰ ਕਰ ਦਿੱਤਾ। ਇਹਨਾਂ ਸਾਰੀਆਂ ਕਿਤਾਬਾਂ ਵਿੱਚ ਜੋਤੀ ਜੋਤ ਸਮਾਨ ਦਾ ਜੋ ਕਾਰਨ ਹੈ ਉਹ ਪਠਾਨਾਂ ਵੱਲੋਂ ਕੀਤਾ ਹੋਇਆ ਹਮਲਾ ਹੀ ਲਿਖਿਆ ਗਿਆ ਹੈ। ਤੇ ਇਸ ਤੋਂ ਬਾਅਦ ਜੋ ਕਹਾਣੀਆਂ ਘੜੀਆਂ ਗਈਆਂ ਨੇ ਉਹ ਬੜੀ ਸਾਜਿਸ਼ ਦੇ ਨਾਲ ਬੜੇ ਸੋਚੇ ਸਮਝੇ ਜੋ ਹੈ ਇੱਕ ਵਿਉਂਤਬੰਦੀ ਦੇ ਨਾਲ ਸਿੱਖਾਂ ਦੇ ਵਿੱਚ ਜੋ ਸੀ ਇੱਕ ਪੰਬਲ ਭੂਸਾ ਖੜਾ ਕਰਨ ਵਾਸਤੇ ਪਾਇਆ ਗਿਆ ਕਿ ਸਤਿਗੁਰੂ ਪਾਤਸ਼ਾਹ ਨੇ ਆਪ ਚਿਤਾ ਰਚਾ ਕੇ ਆਪ ਜੋ ਘੋੜੇ ਸਮੇਤ ਚਲੇ ਗਏ। ਵੈਸੇ ਵੀ ਇਹ ਗੁਰੂ ਸਿਧਾਂਤ ਦੇ ਬਿਲਕੁਲ ਉਲਟ ਹੈ, ਗੁਰਬਾਣੀ ਦੇ ਬਿਲਕੁਲ ਉਲਟ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਤੀਜੇ ਪਾਤਸ਼ਾਹ ਦੇ ਪਾਵਨ ਬਚਨ ਨੇ 1346 ਪੰਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਜਿੱਥੇ ਲੇਖਾ ਮੰਗੀ ਹੈ ਤਿੱਥੇ ਦੇਹ ਜਾਤ ਨਾ ਜਾਏ। ਫਿਰ ਤਿਲੰਗ ਰਾਗ ਵਿੱਚ 9ਵੇਂ ਪਾਤਸ਼ਾਹ 726 ਅੰਕ ਦੇ ਉੱਤੇ ਬਖਸ਼ਿਸ਼ ਕਰਦੇ ਨੇ, ਜਾਗ ਲਿਓ ਰੇਮਨ ਜਾਗ ਲਿਓ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਘ ਹੀ ਸੋਭੀ ਸੰਘ ਨਾ ਹੋਇਆ। ਤੀਜੇ ਪਾਤਸ਼ਾਹ ਕਹਿੰਦੇ ਨੇ ਜਿੱਥੇ ਲੇਖਾ ਮੰਗਿਆ ਜਾਵੇਗਾ ਉੱਥੇ ਦੇਹ ਸਰੀਰ ਤੇ ਜਾਤ ਨਹੀਂ ਜਾ ਸਕਦੀ। ਸਤਿਗੁਰ ਪਾਤਸ਼ਾਹ 9ਵੇਂ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਜਿਹੜਾ ਸਰੀਰ ਤੇਰੇ ਨਾਲ ਉਪਜਿਆ ਹੈ ਨਾਲ ਨਹੀਂ ਜਾ ਸਕਦਾ। ਇਸੇ ਤਰੀਕੇ ਦੇ ਨਾਲ ਭਗਤ ਕਬੀਰ ਜੀ ਕਹਿੰਦੇ ਨੇ ਅਣਖ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਮਗਨ ਅਗਨ ਸੰਘ ਜਾਲੀ, ਕਿ ਇਹ ਸਰੀਰ ਜੋ ਹੈ ਆਖਰ ਸਾਨੂੰ ਜਿਹੜੇ ਯਤਨਾਂ ਨਾਲ ਪਾਲਦਿਆਂ ਇਹ ਅੱਗ ਨਾਲ ਸਾੜ ਦਿੱਤਾ ਜਾਂਦਾ ਹੈ। ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਸੋਰਠ ਰਾਗ ਦੇ ਅੰਦਰ ਪੰਨਾ 648 ਦੇ ਉੱਤੇ ਬਖਸ਼ਿਸ਼ ਕਰਦੇ ਹਨ, ਇੱਕ ਦੱਜੇ ਇੱਕ ਦੱਬੀਆਂ ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚੋਂ ਸਟੀਏ ਇੱਕ ਪੀ ਫਿਰ ਹੱਸਣ ਪਾਏ, ਨਾਨਕ ਇਹ ਬਣਾ ਜਾਪੇ ਕਿੱਥੇ ਜਾਏ ਸਮਾਏ। ਭਾਵ ਸਰੀਰ ਇੱਥੇ ਦੁਨੀਆਂ ਵਿੱਚ ਰਹਿ ਜਾਂਦਾ ਹੈ, ਸਰੀਰ ਅੱਗੇ ਨਾਲ ਨਹੀਂ ਚੱਲ ਸਕਦਾ ਤੇ ਇਸ ਨੂੰ ਅਲੱਗ ਅਲੱਗ ਤਰੀਕਿਆਂ ਦੇ ਨਾਲ ਹੀ ਸਾਂਭਿਆ ਜਾ ਰਿਹਾ ਹੈ। ਫਿਰ ਸਤਿਗੁਰੂ ਪੰਚਮ ਪਾਤਸ਼ਾਹ ਨੇ
बड़ी सुंदर बख्शिश करके सानू जो है समझाउण दा यतन कीता। तीन संज्ञा करते ही कीनी जल कुकर भसमेई, होए आमरो ग्रह में बैठा करन कारण बिसरोई। कि सतगुरु पातशाह बख्शिश करते ने भाई कि यह जरा तीन जो है माया दे गुणा दे अधीन जो ये शरीर है ये जो बनिया होया है ये आखिर एक दिन विनाश हो जाता है। तो यह या तो पानी विच रोड़ दिता जाता है या कुत्तियां अगे सुट दिता जाता है या यह भसम बन जाती है। तो बिल्कुल इहो बचन जो ने सतगुरु पातशाह की बाणी के अंदर ने जब जरिया तब होए भसम तन रह किरम दल खाई कि भाई ये शरीर जेकर साड़ोगे स्वाद ही मुठ बन जाएगा, कोई दफना देगा तो वह जो है उन्होंने कीड़िया की फौज खा जाएगी, पाप शरीर ने अगे नहीं चलना। सो वो जो मन घड़त कहानी है वह कहानी केवल साढ़े दुविधा पाने वास्ते गुरमत के सिद्धांत के उल्ट किसी ने शरारत वजो लिखी है। गुरु पातशाह 7 अक्टूबर जो है सतगुरु पातशाह जो ने ज्योति जोत समाए ने, सतगुरु पातशाह जो ने 7 अक्टूबर 1708 अमृत वेले ज्योति जोत समाए ने, उन्हों का संस्कार उसे दिन जो सी गोदावरी के कंधे के उत्ते जो उस वक्त गुरमत मर्यादा से उसके अनुसार कर दिता गया। जेकर किसी कोई होर हवाला हो जरूर साढ़े ज्ञान में वाधा करेगा। वाहेगुरु जी का खालसा, वाहेगुरु जी की फतेह। धन्यवाद वीर मनमोहन सिंह जी, आप जी ने गुरबाणी और इतिहास सामने लिया के ये गल स्पष्ट की है और सानू ये कोई मुगालता नहीं होना चाहिए। सानू अगवाई केवल गुरबाणी तो लैनी चाहिए और वीर जी ने कितनियां तुकां दसियां जिस तो स्पष्ट होंदा है कि शरीर नहीं जाता, ये सिर्फ कहानियां घड़ियां ने सानू गुमराह करन दे लई। ते सानू इन्हां पासे ध्यान नहीं देना चाहिए। लोड़ है गुरबाणी पढ़ के सुन के समझ के असी अपने जीवन च कोई उचाई कोई पक्याई लैइए, इन्हां चीज़ां पिछे ना जाइए। तो सतगुरु जी की कृपा अनुसार अज का जो ये सवाल जवाब सैशन से वह सतसंग जी समा हो गया। 2 सवाल रह गए ने, वो अगले हफ्ते लवेंगे। तो मैं फिर जिथे पैनल दे मैंबरान का मैं बहुत बहुत धन्यवाद करदा, उत्थे सारी संगत का धन्यवाद है जिहड़े साढ़े नाल जुड़ते हो और अपने सवाल भेजते हो और जिस तरह के भी असं उत्तर देने आप जी तक पहुँचाने वो आप जी उन्हें प्रवान करते हो। फिर एक बार बेनती करते हैं कि किसी किस्म का कोई शंका शुभा रह जाए तो वह जरूर लिखना चाहिए, कोशिश की जाएगी। सानू भी एक मौका मिलता है उन्होंने होर लभण का रिसर्च कर। तो सतगुरु जी कृपा कर सारी संगत अवेयर कर, आप इसे तरह नित प्रति जुड़ते रहिए। तो सतसंग जी अपने सवाल जोड़े ने कोशिश कराया करो, जद भी सवाल थोड़े मन चाहता है उस वे भेज दो, क्योंकि जिन्ना समा सू 4-5 दिन वो तो वह मिल जाए वो तैयारी करने ठीक होंद। कई बार सवाल बिल्कुल अखीरले दिन आता है वो फिर वो तैयारी रह जाती। अज भी एक सवाल सू अज ही आया तो कृपा करके बेनती है बी वो कोई हर्ज नहीं अगले हफ्ते चल जाएगा, पर यह जरूर है कि असं सेम डे उन्हें फिर लै सकते। तो एक बार फिर सारी संगत और सारे मैंबर का धन्यवाद करता हुआ फतेह साझी करता हाँ जी। वाहेगुरू जी का खालसा, वाहेगुरू जी।